ਮੁੱਦੇ ਦੀ ਗੱਲ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੁਰਿੰਦਰ ਢੱਲਾ। ਦੋ ਅਹਿਮ ਮਸਲੇ ਨੇ ਜਿਨ੍ਹਾਂ ਉੱਪਰ ਗੱਲ ਕਰਾਂਗੇ। ਪਹਿਲਾ ਮਸਲਾ ਇਹ ਹੈ, SIT ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਵਿਖੇ ਪੁਲਿਸ ਦੇ ਅਫਸਰ ਪੀੜਤਾਂ ਦੇ, ਜ਼ਖਮੀਆਂ ਦੇ, ਉਸ ਵੇਲੇ ਦੇ ਗੋਲੀਕਾਂਡ ਦੇ ਜ਼ਖਮੀਆਂ ਦੇ ਬਿਆਨ ਦਰਜ ਕਰ ਰਹੇ ਨੇ। ਔਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਗਰ ਕਿਸੇ ਕੋਲ ਕੋਈ ਅਜਿਹੀ ਜਾਣਕਾਰੀ ਹੈ ਜਿਹੜੀ ਸਾਡੇ ਨਾਲ ਉਹ ਸਾਂਝੀ ਕਰਨੀ ਚਾਹੁਣ ਤਾਂ ਸਾਨੂੰ ਦੱਸ ਸਕਦੇ ਨੇ। ਔਰ ਇਹਦੇ ਨਾਲ ਨਾਲ ਕਾਂਗਰਸ ਦੀ ਇੱਕ ਲੀਡਰ ਹੈ ਬੀਬੀ ਨਿਮਸ਼ਾ ਮਹਿਤਾ, ਜਿਨ੍ਹਾਂ ਨੇ ਮੰਗ ਕਰ ਦਿੱਤੀ ਹੈ ਕਿ ਗੋਲੀਕਾਂਡ ਦੇ ਸ਼ਹੀਦਾਂ ਦੀਆਂ ਤਸਵੀਰਾਂ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲੱਗਣੀਆਂ ਚਾਹੀਦੀਆਂ ਨੇ। ਸੋ ਉਹਨਾਂ ਦੀ ਇਸ ਮੰਗ ਦੇ ਉੱਤੇ ਵੀ ਵੱਖ ਵੱਖ ਰਾਜਨੀਤਿਕ ਧਿਰਾਂ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸੁਣ ਲਈਏ ਉਹ ਲੋਕ ਜਿਹੜੇ SIT ਦੇ ਵਿੱਚ ਆਪਣੇ ਬਿਆਨ ਦੇ ਰਹੇ ਨੇ, ਔਰ SIT ਦੀ ਕਾਰਵਾਈ ਬਾਰੇ ਉਹਨਾਂ ਦੀ ਕੀ ਟਿੱਪਣੀ ਹੈ, ਇਹ ਵੀ ਜ਼ਰੂਰ ਸਮਝੀਏ, ਕਿਉਂਕਿ ਸਾਰਿਆਂ ਦੀ ਆਸ ਹੁਣ SIT 'ਤੇ ਹੈ ਕਿ SIT ਜਲਦ ਆਪਣੀ ਜਾਂਚ ਮੁਕੰਮਲ ਕਰੇ ਔਰ ਇਸ ਕੇਸ ਨੂੰ ਅੰਜਾਮ ਤੱਕ ਲੈ ਕੇ ਜਾਵੇ। ਰੋਸ ਧਰਨੇ ਨੂੰ ਲੈ ਕੇ ਅਸੀਂ 13 ਅਕਤੂਬਰ 2015 ਨੂੰ ਕੋਟਕਪੁਰੇ ਜਥਾ ਲੈ ਕੇ ਪਹੁੰਚੇ ਸੀ। ਉਸ ਵਿੱਚ 13 ਅਕਤੂਬਰ ਨੂੰ ਵੀ ਅਸੀਂ ਉੱਥੇ ਸਾਰੀ ਦਿਹਾੜੀ ਰਹੇ। 14 ਅਕਤੂਬਰ ਨੂੰ ਸੁਬਾਹ ਤਕਰੀਬਨ 6:30 ਵਜੇ ਸੰਗਤ ਨਿਤਨੇਮ ਦਾ ਪਾਠ ਕਰ ਰਹੀ ਸੀ ਅਤੇ ਉਸ ਸਮੇਂ ਪੁਲਿਸ ਨੇ ਲਾਠੀਚਾਰਜ ਕਰਿਆ, ਪਾਣੀ ਦੀਆਂ ਗੰਦੇ ਪਾਣੀ ਦੀਆਂ ਵਿਛਾਣਾਂ ਪਾਈਆਂ, ਅੱਥਰੂ ਗੈਸ ਦੇ ਗੋਲੇ ਸਿੱਟੇ ਅਤੇ ਵਿੱਚ ਗੋਲੀ ਵੀ ਚਲਾ ਦਿੱਤੀ, ਜੋ ਕਿ ਚਲਾਈ ਗੋਲੀ ਦੇ ਵਿੱਚ ਗੋਲੀ ਮੇਰੀ ਸੱਜੀ ਲੱਤ ਦੇ ਵਿੱਚ ਗੋਡੋ ਥੱਲੇ ਲੱਗ ਗਈ ਅਤੇ ਲੱਤ ਟੁੱਟ ਗਈ ਸੀ। ਔਰ ਮੈਂ ਇੱਕ ਮੰਗ ਕੀਤੀ ਹੈਗੀ ਹੈ SGPC ਦੇ ਪ੍ਰਧਾਨ ਸਾਹਿਬ ਤੋਂ ਕਿ ਜਿਹੜਾ ਇਹਨਾਂ ਸਿੰਘਾਂ ਦੀ ਫੋਟੋ ਜਿਹੜੀਆਂ ਇੰਸਟਾਲ ਕੀਤੀਆਂ ਜਾਣ ਕੇਂਦਰੀ ਅਜਾਇਬ ਘਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ, ਕਿਉਂਕਿ ਇਹਨਾਂ ਨੇ ਜਿਹੜੀ ਸ਼ਹਾਦਤ ਹੈ ਉਹ ਸਿੱਖ ਧਰਮ ਦੀ ਖਾਤਰ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਨਿਆਂ ਮੰਗਦਿਆਂ ਦਿੱਤੀ ਹੈ। ਔਰ ਸ਼ਾਂਤਮਈ ਤਰੀਕੇ ਦੇ ਨਾਲ ਸੰਗਤ ਬੈਠੀ ਉੱਥੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰ ਰਹੀ ਸੀ ਜਦੋਂ ਇਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਔਰ ਇਹ ਮੈਦਾਨ ਛੱਡ ਕੇ ਨਹੀਂ ਭੱਜੇ ਔਰ ਉੱਥੇ ਖਲੋ ਕੇ ਜਿਹੜਾ ਇਹਨਾਂ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਸ਼ਰਧਾਂਜਲੀ ਹੋਏਗੀ ਇਹਨਾਂ ਨੂੰ, ਇਹਨਾਂ ਦੇ ਇੰਨੇ ਵੱਡੇ ਸੱਚ ਨੂੰ, ਜੇਕਰ ਉਹਨਾਂ ਦੀ ਤਸਵੀਰ ਜਿਹੜੀ ਅੱਜ ਸਾਰਾ ਜਿਹੜਾ ਸਿੱਖ ਜਗਤ ਹੈ ਔਰ ਜਿੰਨੇ ਪੰਜਾਬੀ ਨੇ ਖਾਸ ਤੌਰ 'ਤੇ ਇਸ ਚੀਜ਼ ਨੂੰ ਬਹੁਤ ਇਸ ਚੀਜ਼ ਦੀ ਪੀੜਾ ਮਹਿਸੂਸ ਕਰਦੇ ਹੈ ਔਰ ਇਸ ਜਿਹੜਾ ਸਾਕੇ ਦੀ ਪੀੜਾ ਮਹਿਸੂਸ ਕਰਦੇ ਔਰ ਇਹਦਾ ਜਿਹੜਾ ਸੱਚ ਹੈ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਖਾਤਰ ਇਹ ਜ਼ਰੂਰੀ ਹੈ ਕਿ ਉੱਥੇ ਇਹਨਾਂ ਦੀਆਂ ਤਸਵੀਰਾਂ ਲਾ ਕੇ ਇਹਨਾਂ ਸ਼ਹੀਦਾਂ ਨੂੰ ਜਿਹੜਾ ਸਨਮਾਨ ਦਿੱਤਾ ਜਾਵੇ। ਜਿਹੜੇ ਬਾਈਬਲ ਕਲਾ ਦੇ ਸੰਬੰਧ ਦੇ ਵਿੱਚ ਕਿਸੇ ਵੀ ਦੋਸਤ ਨੇ, ਕਿਸੇ ਵੀ ਵਿਅਕਤੀ ਜਾਂ ਕਿਸੇ ਬੀਬੀ ਨੇ ਆਪਦੇ ਕੋਈ ਆਪਦੇ ਸਟੇਟਮੈਂਟ ਬਿਆਨ ਰਿਕਾਰਡ ਕਰਾਉਣਾ ਚਾਹੁਣ, ਅਤੇ ਉਹ ਦੋ ਦਿਨ ਅਸੀਂ ਇੱਥੇ ਚੌਕੀ ਬਰਗਾੜੀ ਚੌਕੀ 'ਚ ਹੀ ਬੈਠੇ ਹਾਂ ਤਾਂ ਕਿ ਉਹਨਾਂ ਨੂੰ ਦੂਰ ਦਾ ਸਫ਼ਰ ਕਰਨਾ ਨਾ ਪਵੇ, ਆਪਣੇ ਬੇਝਿਜਕ ਹੋ ਕੇ ਆਪਣੇ ਰਿਕਾਰਡ ਆਪਣੀ ਸਟੇਟਮੈਂਟ ਰਿਕਾਰਡ ਕਰਾ ਸਕਦੇ ਹਾਂ। ਸੁਖਬੀਰ ਬਾਦਲ ਦੀ ਗੱਡੀ ਦੇ ਉੱਤੇ ਕਿਸੇ ਨੇ ਜੁੱਤੀ ਸੁੱਟਤੀ, ਕਿਸੇ ਨੇ ਕੋਈ ਝੰਡੀ ਕਾਲੀ ਝੰਡੀ ਵਾਲਾ ਡੰਡਾ ਅੱਗੇ ਕਰ ਲਿਆ ਅਤੇ ਉਹਨਾਂ 6 ਨੌਜਵਾਨਾਂ ਨੂੰ ਜੇਲ੍ਹ ਦੇ ਵਿੱਚ ਡੱਕਤਾ। ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਧਾਰਾ ਕਿਹੜੀ ਲਾਈ? ਇਰਾਦਾ ਕਤਲ। ਦੋਸਤੋ, ਕੀ ਇੱਕ ਜੁੱਤੀ ਸੁੱਟਣ ਨਾਲ ਕਿਸੇ ਦਾ ਕਤਲ ਹੋ ਸਕਦਾ? ਜੇ 307 ਨਾ ਰੱਦ ਕੀਤੀ ਤਾਂ SSP ਦਫ਼ਤਰ ਬਾਹਰ ਧਰਨਾ ਦੇਵਾਂਗੇ, ਅਸੀਂ 307 ਲਹਾ ਕੇ ਰਵਾਂਗੇ। ਸੋ ਤੁਸੀਂ ਸਾਰਿਆਂ ਦੀ ਗੱਲ ਸੁਣੀ, ਬਿਆਨ ਦਰਜ ਕਰਾਏ ਉਹਨਾਂ ਲੋਕਾਂ ਨੇ ਅੱਜ ਪੁਲਿਸ ਨੂੰ ਬਰਗਾੜੀ ਦੇ ਵਿੱਚ, ਔਰ
ਪੁਲਿਸ ਅਫਸਰਾਂ ਦੀ ਤੁਸੀਂ ਗੱਲ ਵੀ ਸੁਣੀ। ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਕਾਂਗਰਸ ਦੇ ਸੀਨੀਅਰ ਆਗੂ ਨੇ ਜਸਵਿੰਦਰ ਸਿੰਘ ਬਲੀਆਵਾਲ ਸਾਹਿਬ। ਜਸਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨਾਲ ਸੰਬੰਧਿਤ ਆਗੂ ਪ੍ਰੋਫੈਸਰ ਕੋਮਲ ਗਰਨੂਰ ਸਿੰਘ। ਕੋਮਲ ਜੀ, ਬਹੁਤ ਬਹੁਤ ਸਵਾਗਤ ਹੈ। ਔਰ ਸੀਨੀਅਰ ਪੱਤਰਕਾਰ ਰਾਜੇਸ਼ ਮਹਿਰਾ ਵੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਮੌਜੂਦ ਨੇ। ਜਸਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੀ ਟਿੱਪਣੀ ਲਊਂਗਾ। ਆਖਿਰਕਾਰ SIT ਨੇ ਜਾਂਚ ਸ਼ੁਰੂ ਕਰਤੀ, ਕਾਂਗਰਸ ਲਈ ਵੀ ਸੁੱਖ ਦੇ ਸਾਹ ਵਾਲੀ ਗੱਲ ਹੈ, ਕਿਉਂਕਿ ਲੱਗਦਾ ਨਹੀਂ ਸੀ ਕਿ SIT ਦੀ ਜਾਂਚ ਕਦੋਂ ਸ਼ੁਰੂ ਹੋਏਗੀ। ਸਵਾਲ ਤਾਂ ਇਹ ਵੀ ਨੇ ਕਿ ਇਹ ਜਾਂਚ ਮੁਕੰਮਲ ਹੋਏਗੀ ਜਾਂ ਨਹੀਂ ਹੋਏਗੀ, ਪਰ ਸ਼ੁਰੂ ਹੋ ਗਈ। SIT ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਕਾਂਗਰਸ ਦਾ ਕੀ ਰਿਐਕਸ਼ਨ ਹੈ? ਸਾਰਿਆਂ ਨੇ ਮਿਲ ਕੇ ਇੱਕ ਜਨਾਨੀ ਮਸਲੇ ਫੈਸਲਾ ਕੀਤਾ ਵੀ ਇਹਦੇ ਉੱਤੇ ਜਿਹੜੀ ਹੈ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਹੈ ਇਹਦੇ ਉੱਤੇ ਅਮਲੀ ਜਾਮਾ ਬਣਾਉਣ ਵਾਸਤੇ ਜਿਹੜੀ ਹੈ ਇੱਕ ਜਾਂਚ ਕਮੇਟੀ ਬਣਾਈ ਜਾਵੇ। ਤੋ ਕੁਛ ਦਿਨਾਂ ਦੇ ਵਿੱਚ ਉਹ ਜਾਂਚ ਕਮੇਟੀ ਬਣ ਗਈ ਅਤੇ ਉਹ ਜਾਂਚ ਕਮੇਟੀ ਵੀ ਇੱਕ DGP ਦੇ ਅੰਡਰ ਲੱਗੀ ਹੈ ਅਤੇ ਉਹਨੇ ਆਪਣਾ ਕੰਮ ਸ਼ੁਰੂ ਕਰਤਾ। ਉਹ ਕੰਮ ਸ਼ੁਰੂ ਕਰਕੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਕੌਣ ਹੈ ਕੌਣ ਨਹੀਂ। ਉਹਨਾਂ ਨੇ ਓਪਨ ਵੀ ਕਹਿ ਤਾ ਕੋਈ ਵੀ ਆ ਕੇ, ਪਰ ਜਿੱਥੇ ਤੱਕ ਉਹਨਾਂ ਨੂੰ ਪਤਾ ਵੀ ਜਿਹੜੇ ਵਿਕਟਿਮ ਹੋਈ ਆ ਉਸ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਪਿੰਡਾਂ ਵਿੱਚ ਜਾ ਕੇ ਵੀ ਬਿਆਨ ਲੈ ਰਹੇ ਅਤੇ ਲੋਕ ਆਪ ਮੁਹਾਰੇ ਆ ਕੇ ਵੀ ਬਿਆਨ ਦੇ ਰਹੇ ਨੇ। ਉਹਦੇ ਵਿੱਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਵੀ ਨੇ, ਸਾਰਿਆਂ ਫਿਰਕਿਆਂ ਦੇ ਲੋਕ ਨੇ ਉਹ ਆਪਦੇ ਬਿਆਨ ਕਰਾ ਰਹੇ ਜਿਹੜੇ ਉਹਨਾਂ ਨੇ ਉਸ ਸਮੇਂ ਬਹੁਤ ਆਪ ਸੀ। ਉਹ ਸਾਰਾ ਕੁਛ ਹੋ ਜਾਣਾ ਔਰ ਬਹੁਤ ਜਲਦੀ ਹੋ ਜਾਣਾ ਅਤੇ ਇਸ ਦੇ ਵਿੱਚ ਕੋਈ ਦੋਰਾਵਾਂ ਨਹੀਂ, ਕਿਉਂਕਿ ਸਾਡੀ ਮਨਸਾ ਸਾਫ ਹੈ ਵੀ ਜਿਹੜੇ ਦੋਸ਼ੀ ਨੇ ਉਹ ਸਾਹਮਣੇ ਆਉਣ ਅਤੇ ਉਹਨਾਂ ਨੂੰ ਸਜ਼ਾਵਾਂ ਮਿਲਣਾ ਉਹਨਾਂ ਨੂੰ ਦੇਣ ਵਾਸਤੇ, ਕਿ ਕੱਲ੍ਹ ਨੂੰ ਫਿਰ ਇਹ ਰਿਪੋਰਟ ਡੀ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਜਾਵੇ, ਫਿਰ ਹੋਰ ਕਰੇ ਅਤੇ ਲੋਕ ਇਸ ਗੱਲ 'ਤੇ ਜਿਹੜੇ ਕਿੰਤੂ ਪਰੰਤੂ ਨਾ ਕਰਨ, ਲੋਕਾਂ ਵਿੱਚ ਇਹ ਗੱਲ ਪ੍ਰਭਾਵ ਨਾ ਜਾਵੇ ਵੀ ਜਿਹੜੀ ਸਰਕਾਰ ਹੈ ਇਸ 'ਤੇ ਸਿਆਸੀਕਰਨ ਕਰ ਰਹੀ ਹੈ ਜਾਂ ਕੁਛ ਕਰ ਰਹੀ ਹੈ। ਉਹਨਾਂ ਨੇ ਫੈਸਲਾ ਕਰਤਾ ਵੀ ਇਹ ਜਿਹੜੀ ਵੀ ਇਨਕੁਆਇਰੀ ਹੋਊਗੀ ਇਸ ਇਨਕੁਆਇਰੀ ਨੂੰ ਸਿੱਧਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਅਤੇ ਕੋਰਟ ਉਸ ਨੂੰ ਡਿਸਾਈਡ ਕਰੇ ਵੀ ਕਿਸ ਬੰਦੇ ਦਾ ਕਿੰਨਾ ਕਸੂਰ ਆ ਅਤੇ ਉਹਨੂੰ ਕਿਹੜੀ ਸਜ਼ਾ ਬਣਦੀ ਹੈ ਉਹ ਸਜ਼ਾ। ਜੀ ਜੀ, ਥੋੜ੍ਹੀ ਟਿੱਪਣੀ ਪ੍ਰੋਫੈਸਰ, ਬਹੁਤ ਥੋੜ੍ਹੇ ਸ਼ਬਦ। ਮੈਂ ਸਰ ਬਹੁਤ ਘੱਟ ਟਾਈਮ 'ਚ ਮੈਂ ਬਰੀਫ 'ਚ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਬੁਲਾਰਿਆਂ ਸਾਹਿਬ ਨੇ ਬਹੁਤ ਡਿਟੇਲ 'ਚ ਦੱਸਤਾ। ਮੈਨੂੰ ਸਰ ਇੱਕ ਚੀਜ਼ ਦਾ ਨਾ ਹੈਰਾਨਗੀ ਹੈ ਕਿ ਜਦੋਂ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਬਣਾਇਆ ਸੀ ਅਤੇ ਰਿਪੋਰਟ ਵੀ ਆ ਗਈ, ਉਸ ਤੋਂ ਬਾਅਦ ਸਿੱਟ ਬਣਾਉਣ ਦੀ ਕੀ ਲੋੜ ਸੀ? ਸਭ ਤੋਂ ਪਹਿਲਾਂ ਸਵਾਲ, 573 ਸਾਰੇ ਜਿਹੜੇ ਦੋਸ਼ੀ ਸੀ ਉਹਨਾਂ ਨੇ ਨਾਮਜ਼ਦ ਕੀਤੇ ਸੀ ਆਪਣੀ ਰਿਪੋਰਟ ਦੇ ਵਿੱਚ, ਉਹਨਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਸੀ। ਪਰ ਨਹੀਂ, ਉਹ ਜਿਹੜਾ ਕਮਿਸ਼ਨ ਹੈ ਉਹਨੇ ਕੰਕਲੂਡ ਨਹੀਂ ਸੀ ਕੀਤਾ, ਕੰਕਲੂਡ ਨਹੀਂ ਕੀਤਾ। ਪਰ ਸਰ ਉਹਨਾਂ ਨੇ ਪੂਰੇ ਇੱਕ ਸਾਲ ਦੀ ਇਨਕੁਆਇਰੀ ਤੋਂ ਬਾਅਦ ਉਹਨਾਂ ਨੇ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਾਂਗਰਸ ਦੇ ਬੁਲਾਰੇ ਤੋਂ, ਜਿਹਨਾਂ ਨੇ ਸਿੱਟ ਹੀ ਬਣਾਉਣੀ ਸੀ ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਉਣ ਦੀ ਕੀ ਲੋੜ ਸੀ? ਜੀ, ਇਹਦਾ ਹੀ ਜਵਾਬ ਦੇ ਦੇਣ। ਜੇ ਇਹਨਾਂ ਨੇ ਸਿੱਟ ਹੀ ਬਣਾਉਣੀ ਸੀ ਅਲੱਗ ਤੌਰ ਤੋਂ, ਫਿਰ ਉਹਦੀ ਕੀ ਲੋੜ ਸੀ? ਪਰ ਉਹ ਤਾਂ ਇਹਨਾਂ ਨੇ ਉਹ ਵੀ ਠੰਡੇ ਵਾਸਤੇ ਪਾਤੀ ਨਾ, ਜਿਵੇਂ ਪਹਿਲੇ ਜ਼ੋਰਾ ਸਿੰਘ ਰਿਪੋਰਟ ਪਾਤੀ, ਇਹਦੀ ਜਸਟਿਸ ਰਣਜੀਤ ਸਿੰਘ ਰਿਪੋਰਟ ਪਾਤੀ, ਹੁਣ ਸਿੱਟ ਆ ਜਾਊਗਾ ਸਰ, ਹੁਣ ਸਿੱਟ ਤੋਂ ਬਾਅਦ ਨਹੀਂ, ਪਰ ਫੈਸਲਾ ਤਾਂ ਅਦਾਲਤ ਨੇ ਦੇਣਾ ਨਾ। ਚਲੋ, ਮੈਂ ਥੋੜ੍ਹੀ ਟਿੱਪਣੀ ਲਾਉਂ। ਹਾਂਜੀ, ਕੋਈ ਵੀ ਕਿਸੇ ਵੀ ਕਿਸਮ ਦਾ ਜਦੋਂ ਕੋਈ ਵੀ ਕੇਸ ਆਉਂਦਾ ਹੈ ਜਿਹਨੂੰ ਆਪਾਂ ਫੌਜਦਾਰੀ ਕਹਿੰਦੇ ਹਾਂ, ਉਹਦੇ ਵਿੱਚ FIR ਦਰਜ ਹੁੰਦੀ ਹੈ। ਜੀ, FIR ਦਰਜ ਤੋਂ ਬਾਅਦ ਹੁਣ ਤੋਂ ਬਾਅਦ ਉਹਦੇ ਉੱਤੇ ਇਨਕੁਆਇਰੀ ਹੁੰਦੀ ਹੈ। ਜਿਹੜੀ ਇਨਕੁਆਇਰੀ ਹੈ ਉਹ ਸੀਨੀਅਰ ਅਫਸਰਾਂ ਦੇ ਕਰਦੇ ਨੇ, ਕਿਉਂਕਿ ਜਿਹੜੇ ਜਸਟਿਸ ਸਾਹਿਬ ਆ ਉਹ ਤਾਂ ਇੱਕ ਜਸਟਿਸ ਕਰਨ ਵਾਲੇ ਸੀਗੇ ਅਤੇ ਉਹ ਜਿਹੜਾ ਇਹਨਾਂ ਨੇ ਇੱਕ ਬਹੁਤ ਵੱਡਾ ਭੁਲੇਖਾ ਭੰਬਲ ਸੂਆ ਪਾਇਆ ਸੀ ਉਹਨੂੰ ਕਲੀਅਰ ਕਰਨ ਵਾਸਤੇ ਜਸਟਿਸ ਸਾਹਿਬ ਦੀ ਜਿਹੜੀ ਹੈ ਉਹ ਬਣਾਈ ਗਈ ਸੀ। ਅਤੇ ਜਿਹੜੀ ਸਿੱਟ ਦਾ ਸਵਾਲ ਹੈ, ਸਿੱਟ ਤਾਂ ਪੁਲਿਸ ਹੀ ਕਰ ਰਹੀ ਹੈ, ਪੁਲਿਸ ਦੇ ਅਫਸਰ ਹੀ ਨੇ, ਕੋਈ ਵਾਧਾ ਤਾਂ ਹੈ ਨਹੀਂ ਗਾ।
ਤੇ ਉਹ ਬਿਆਨ ਉਹ ਲੈ ਰਹੇ ਨੇ ਉਸ ਦੇ ਆਧਾਰ ਤੇ ਲੈ ਰਹੇ ਨੇ ਵੀ ਤੁਸੀਂ ਆਹ ਬਿਆਨ ਪਹਿਲਾਂ ਦੱਸੇ ਦੱਸੋ ਇਹ ਕਿਤੇ ਗਲਤ ਤਾਂ ਨਹੀਂ ਦਿੱਤੇ ਹੋ, ਕਿਸੇ ਪ੍ਰੈਸ਼ਰ ਥੱਲੇ ਤਾਂ ਨਹੀਂ ਆ ਕੇ ਦਿੱਤੇ, ਦੂਜੇ ਤਾਂ ਨਹੀਂ ਕੀਤੇ ਹੋਏ, ਤੇ ਇਹ ਬੜੀ ਜਲਦੀ ਹੋ ਜਾਣੇ, ਆਈ ਥਿੰਕ ਸੋ ਕਿ ਮਹੀਨੇ ਸਵਾ ਮਹੀਨੇ 'ਚ ਨਿਕਲੇ ਹੋਣੀ ਗੱਲ, ਇਹ ਸਾਰਾ ਕੁਛ ਅੱਗੇ ਆ ਜਾਣਾ। ਤੁਹਾਨੂੰ ਲੱਗਦਾ ਕਿ ਇੰਨੀ ਜਲਦੀ ਕੰਮ ਨਿਬੜ ਜੂਏ? ਨਿਬੜਨਾ ਹੀ, ਬਿਲਕੁਲ ਨਿਬੜਨਾ, ਜੋ ਕਿ ਕੰਕਲੂਸ਼ਨ ਹੋਈ ਹੋਈ ਹੈ, ਜਿੰਨੇ ਵੀ ਬੰਦੇ ਪਹਿਲਾਂ ਬਿਆਨ ਹੋਏ ਨੇ ਉਹਨਾਂ ਦੇ ਬਿਆਨ ਆ ਜਾਣੇ ਆ, ਜਿਹੜੇ ਕੋਈ ਐਕਸਟਰਾ ਰਹਿ ਗਏ ਜਾਂ ਕਿਸੇ ਡਰ ਕਰਕੇ ਜਾਂ ਧਮਕੀ ਕਰਕੇ ਜਾਂ ਕਿਸੇ ਕਾਰਨ ਕਰਕੇ ਉਹ ਹੋਰ ਅੱਗੇ ਆ ਜਾਣੇ ਨੇ ਜੀ, ਤੇ ਉਹਨਾਂ ਦੇ ਆਉਣ ਨਾਲ ਜਿੰਨੀ ਐਜ਼ ਪੋਸੀਬਲ, ਕਿਹਾ ਮੁੱਖ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਵੀ ਜਿੰਨਾ ਛੇਤੀ ਛੇਤੀ ਉੱਨੀ ਛੇਤੀ ਕਰੋ, ਅਤੇ ਜੋ ਮੇਰਾ ਹੁਣ ਤੱਕ ਪੁਰਾਣਾ ਜਿੰਨਾ ਕੁ ਮੈਂ ਪੋਲੀਟੀਕਲ ਤੌਰ 'ਤੇ ਵਿਚ ਰਿਹਾ, ਤਕਰੀਬਨ ਅੱਗੇ ਤਾਂ ਇਹ ਹੁੰਦਾ ਵੀ 90 ਦਿਨਾਂ ਚਲਾਣ ਪੇਸ਼ ਕਰਨਾ ਹੁੰਦਾ, ਪਰ ਇਹ ਬਹੁਤ ਲੰਮਾ ਚਲੇ ਗਿਆ ਕਿਉਂਕਿ ਕੇਸ ਕਲੀਅਰ ਨਹੀਂ ਸੀ ਹੋਇਆ ਜੀ, ਹੁਣ ਉਹ ਕੇਸ ਕਲੀਅਰ ਹੋ ਗਿਆ ਕਿਉਂਕਿ ਜਿਹੜੇ ਬੇਅਦਬੀ ਕਰਨ ਵਾਲੇ ਸੱਜਣ ਆ ਉਹਨਾਂ ਦੀ ਨੋਮੀਨੇਸ਼ਨ ਆ ਗਈ, ਉਹ ਪੁਲਿਸ ਨੇ ਫੜ ਵੀ ਲਏ, ਉਹ ਗ੍ਰਿਫਤਾਰ ਵੀ ਕਰ ਲਏ, ਹੁਣ ਤਾਂ ਉਹਨਾਂ ਦੀਆਂ ਅਗਵਾਈਆਂ ਹੋ ਰਹੀਆਂ ਜਿਹੜੇ ਜਿਹੜੇ ਬੰਦੇ ਉਸ ਸਮੇਂ ਦੇ ਆਈ ਵਿਟਨਸ ਨੇ ਜਾਂ ਜਿਹਨਾਂ ਨਾਲ ਵਾਪਰਿਆ ਜਾਂ ਜੋ ਹਾਲਾਤ ਸੀ ਉਹਨਾਂ ਬਾਰੇ ਆ ਜੀ, ਹੁਣ ਹੁਣ ਤਾਂ ਗੋਲੀਕਾਂਡ ਦੇ ਜਿਹੜੇ ਦੋਸ਼ੀ ਉਹ ਵੀ ਲੱਭਣੇ ਪਏ। ਮੈਂ ਸਰ ਉਹੀ ਕਹਿ ਰਿਹਾ ਨਾ, ਹੁਣੇ ਪਿੱਛੇ ਤੁਸੀਂ ਦੇਖਿਆ ਸੀ ਸੰਗਰੂਰ ਦੇ ਵਿੱਚ ਸੁਖਬੀਰ ਬਾਦਲ ਦੇ ਖਿਲਾਫ ਇੱਕ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ, ਤੇ ਉਹ ਜਿਹੜੇ ਬੰਦੇ ਸੀ ਉਹਨਾਂ ਦਾ ਸਰ ਕਸੂਰ ਕੀ ਸੀ? ਉਹਨਾਂ ਦਾ ਕਸੂਰ ਕੀ ਸੀ? ਦੇ ਵਰ ਜਸਟ ਡੂਇੰਗ ਦ ਪ੍ਰੋਟੈਸਟ। ਤੇ ਹੁਣ ਜਿਹੜੀ ਸੈੱਟ ਬਣੀ ਹੋਈ ਹੈ ਜਿਹੜੀ ਸੈੱਟ ਹੈ ਗੋਲੀਕਾਂਡ ਤੇ ਬਣੀ ਹੋਈ ਹੈ, ਮੈਂ ਸਰ ਇੱਕ ਐਂਡ ਇਹ ਚੀਜ਼ ਨੂੰ ਤੁਸੀਂ ਇਸ ਤਰੀਕੇ ਨਹੀਂ ਕਹਿ ਸਕਦੇ ਵਿਦਆਊਟ, ਇੱਕ ਮੇਰੀ ਬੇਨਤੀ ਸੁਣ ਲਓ, ਜਿੰਨਾ ਚਿਰ ਪੁਲਿਸ ਮਹਿਕਮਾ ਆਪਦੀ ਰਿਪੋਰਟ ਪੇਸ਼ ਨਹੀਂ ਕਰਦਾ ਕੋਰਟ ਦੇ ਵਿੱਚ, ਉਹਨਾਂ ਚਿਰ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆ ਪੋਸੀਬਲ ਨਹੀਂ ਹੋ ਸਕਦੀ। ਇੱਕ ਬਾਜਾਖਾਨਾ ਥਾਣੇ ਦੇ ਵਿੱਚ 130 ਨੰਬਰ FIR ਹੋਈ ਹੈ ਕਿ ਬਾਜਾਖਾਨੇ ਥਾਣੇ ਨੇ SHO ਦੀ ਡਿਊਟੀ ਨਹੀਂ ਬਣਦੀ ਸੀ ਕਿ ਇਨਕੁਆਇਰੀ ਕਰੇ, ਕਿ ਜਿਹੜਾ ਮੈਂ ਅਣਪਛਾਤੇ ਪੁਲਿਸ ਆਫਿਸਰ ਤੇ ਪਰਚਾ ਕਰ ਰਿਹਾ, ਮੈਂ ਸੱਦਾ, ਮੈਂ ਇਨਕੁਆਇਰੀ ਕਰਾਂ, ਉਹਨੂੰ ਕਿੰਨੇ ਰਿਕਾਵਟ ਕੀਤੀ, ਉਹਨੇ ਕਿਉਂ ਨਹੀਂ ਕੋਈ ਇਨਕੁਆਇਰੀ ਕੀਤੀ? ਜਦੋਂ ਇੱਕ ਥਾਣੇ 'ਚ SHO ਕੋਲ ਪਹੁੰਚ ਜਾਂਦਾ ਕੇਸ, ਉਹਦੀ ਪੂਰੀ ਡਿਊਟੀ ਬਣਦੀ ਹੈ ਕਿ ਮੈਂ ਇਨਕੁਆਇਰੀ ਕਰਾਂ ਕਿ ਇਹਦੇ 'ਚ ਕਿਹੜਾ ਦੋਸ਼ੀ ਹੈ, ਪਰ ਉਹਨੇ ਤਾਂ ਕੁਛ ਕੀਤਾ ਹੀ ਨਹੀਂ ਸਰ ਜੀ, ਇਹ ਕਿਉਂ ਨਹੀਂ ਚੱਲਦਾ? ਇਹ ਮਤਲਬ ਸਾਰੇ ਕਾਂਗਰਸ ਪਾਰਟੀ ਵੇਲੇ ਨਹੀਂ ਹੋਇਆ, ਇਹ ਅਕਾਲੀ ਦਲ ਵੇਲੇ, ਸਰਕਾਰ ਤੁਹਾਡੀ ਹੈ, ਨਹੀਂ ਸਰਕਾਰ ਹੈ, ਸਾਡੀ ਸਰਕਾਰ ਕਰ ਰਹੀ ਹੈ, ਦੇਖੋ ਜੋ ਕਹਿੰਦੇ ਨਾ ਉਮੀਦ ਨਾਲ ਹੀ ਸਾਰਾ ਕੁਛ ਬੰਦਾ ਜਿੰਦਾ ਰਹਿੰਦਾ, ਉਮੀਦ ਤਾਂ ਰੱਖਣੀ ਚਾਹੀਦੀ ਹੈ, ਅਗਰ ਉਹ ਸਿੱਟ ਜਿਹੜੀ ਬਣਾਈ ਗਈ ਸੱਤਾਧਾਰੀ ਪਾਰਟੀ ਸਰਕਾਰ ਵੱਲੋਂ ਬਣਾਈ ਗਈ ਤਾਂ ਉਮੀਦ ਜਿਤਾਈ ਜਾ ਸਕਦੀ ਹੈ, ਕਿਉਂਕਿ ਬੜੇ ਬੜੇ ਵਾਅਦੇ ਕੀਤੇ ਗਏ ਸੀ ਸਰਕਾਰ ਨੇ ਔਰ ਉਸ ਵਾਅਦਿਆਂ 'ਤੇ ਹੀ ਸਰਕਾਰ ਲੋਕਾਂ ਨੇ ਬਣਾਈ ਸੀ, ਇਸ ਕਰਕੇ ਲੋਕ ਜਿਹੜੇ ਆ ਇਸ ਵੇਲੇ ਸਰਕਾਰ ਨੂੰ ਦੇਖ ਰਹੇ ਆ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਉਸ 'ਤੇ ਕਿੰਨੇ ਖਰੇ ਉਤਰੇ ਹੋ, ਹਾਲਾਂਕਿ ਇਹ ਜਿਹੜੀ ਕਾਰਵਾਈ ਚੱਲ ਰਹੀ ਆ ਇਹ 1.5 ਸਾਲ ਤੋਂ ਲੋਕ ਇਹ ਕਹਿ ਰਹੇ ਵੀ ਠੰਡੀ ਕਾਰਵਾਈ ਚੱਲ ਰਹੀ ਆ, ਸਿਆਸਤ ਹੋ ਰਹੀ ਹੈ ਇਹਦੇ 'ਤੇ। ਇੱਕ ਗੱਲ ਜਿਹੜੀ ਇਹਨਾਂ ਨੇ ਕਿਹਾ ਉਹਦੇ ਵਿੱਚ ਵੀ ਲੈਣਾ ਚਾਹੁੰਗਾ ਵੀ ਜੇ ਕੁਲਜੀਤ ਸਿੰਘ ਕਮਿਸ਼ਨ ਜੇ ਬਿਠਾਇਆ ਸੀਗਾ ਤਾਂ ਉਹਨੂੰ ਕਨਕਲੂਡ ਨਹੀਂ ਕੀਤਾ ਗਿਆ, ਉਹਨੇ ਵੀ ਪੂਰੀ ਜਾਣਕਾਰੀ ਲਾਸਟ ਵਿੱਚ ਇਹੀ ਕਿਹਾ ਵੀ ਹਲੇ ਹੋਰ ਇਨਕੁਆਇਰੀ ਦੀ ਲੋੜ ਹੈ, ਤਾਂ ਇਸ ਕਰਕੇ ਸਿੱਟ ਬਣਾਉਣੀ ਪੈ ਗਈ। ਜੇ ਸਿੱਟ ਬਣਾਉਣੀ ਪੈ ਗਈ ਤਾਂ ਸਿੱਟ ਉਹੋ ਹੀ ਜਿਹੜੇ ਲੋਕ ਨੇ ਪੁਲਿਸ ਅਫਸਰ ਨੇ ਉਹ ਪੁਲਿਸ ਦੇ ਜਿਹੜਾ ਨੇ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਉਹਨਾਂ ਦੀ ਇਨਕੁਆਇਰੀ ਕਰਨਗੇ। ਇਹਦੇ 'ਤੇ ਲੋਕਾਂ ਨੂੰ ਇੱਕ ਮਨਸ਼ਾ ਜ਼ਰੂਰ ਹੈਗੀ ਹੈ ਵੀ ਕੀ ਪੁਲਿਸ ਅਧਿਕਾਰੀ ਆਪਣੇ ਪੁਲਿਸ ਵਿਭਾਗ ਦੇ ਵਿੱਚ ਆਪਣੇ ਪੁਲਿਸ ਅਧਿਕਾਰੀਆਂ ਦੇ ਉੱਤੇ ਸਹੀ ਜਾਂਚ ਕਰ ਪਾਉਣਗੇ ਕਿ ਨਹੀਂ ਪਾਉਣਗੇ, ਇਸ ਕਰਕੇ ਕੁਐਸਚਨ ਮਾਰਕ ਹੋਇਆ ਹੋਇਆ ਕਾਂਗਰਸ ਪਾਰਟੀ 'ਤੇ ਵੀ ਔਰ ਜਿਹੜੇ ਇਸ ਵੇਲੇ ਸਿੱਟ ਜਿਹੜੀ ਬਣਾਈ ਗਈ ਮੈਂਬਰਾਂ ਦੀ। ਪਰ ਇਹ ਜਿਹੜੀ ਸਿੱਟ ਹੈ ਇਹਨੇ ਪੀੜਤਾਂ ਦੇ ਬਿਆਨ ਵੀ ਦਰਜ ਕਰ ਰਹੇ ਨੇ, ਦੁਬਾਰਾ ਬਿਆਨ ਵੀ ਲੈ ਰਹੇ ਨੇ, ਔਰ ਖੁੱਲ੍ਹਾ ਸੱਦਾ ਵੀ ਦਿੱਤਾ ਜੀ ਕਿਸੇ ਹੋਰ ਕੋਲੇ ਕੋਈ ਇਨਫੋਰਮੇਸ਼ਨ ਹੈ ਉਹ ਵੀ ਸਿੱਟ ਕੋਲੇ ਆ ਕੇ ਦੱਸੋ। ਬਿਲਕੁਲ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਿਆਨ, ਉਹਨਾਂ ਦਾ ਕੰਮ ਕੀ ਹੈ ਸਿੱਟ ਦਾ, ਸਾਰਿਆਂ ਦੇ ਬਿਆਨ ਲੈਣੇ,
ਸੱਚਾਈ ਤੱਕ ਪਹੁੰਚਣਾ। ਜਿਹੜੇ ਲੋਕ ਪਹਿਲਾਂ ਡਰ ਨਾਲ ਭੈ ਨਾਲ ਕਿਸੇ ਤਰੀਕੇ ਨਾਲ ਜਿਹੜੇ ਕਿ ਅੰਦਰ ਬਹਿ ਗਏ ਸੀ ਨਹੀਂ ਬਿਆਨ ਦੇ ਸਕੇ, ਜਿਨ੍ਹਾਂ ਨੂੰ ਸੱਚਾਈ ਦਾ ਪਤਾ ਸੀ ਉਹ ਸੱਚਾਈ ਨਹੀਂ ਉਜਾਗਰ ਕਰ ਸਕੇ, ਉਹਨਾਂ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਨਿਰਭੈ ਹੋ ਕੇ ਆਪਣੀ ਸੱਚਾਈ ਦੱਸੋ ਤਾਂ ਕਿ ਅਸੀਂ ਸਹੀ ਜਿਹੜੀ ਹੈ ਸੱਚਾਈ 'ਤੇ ਪਹੁੰਚ ਕੇ ਕਿ ਜਿਹੜੇ ਦੋਸ਼ੀਆਂ ਨੂੰ ਅਸੀਂ ਜਿਹੜਾ ਆਪਣਾ ਉਹਨਾਂ ਨੂੰ 'ਤੇ ਕੋਈ ਅਮਲੀ ਜਾਮਾ ਪਹੁੰਚਾ ਕੇ ਉਹਨਾਂ ਨੂੰ ਸਜ਼ਾ ਦਿਲਾਈ ਜਾ ਸਕੇ। ਤਾਂ ਇਹ ਲੱਗਦਾ ਮੈਨੂੰ ਵੀ ਸਿੱਟ ਹੁਣ ਕੰਮ ਕਰਨਾ ਸ਼ੁਰੂ ਕਰ ਗਈ, ਲੇਕਿਨ ਸਰਕਾਰ ਨੂੰ ਪਹਿਲਾਂ ਹੀ ਸਿੱਟ ਦੀ ਜਿਹੜੀ ਹੈ ਟਾਈਮ ਬਾਊਂਡ ਕਰ ਦੇਣਾ ਚਾਹੀਦਾ ਸੀ ਵੀ 2 ਮਹੀਨੇ 'ਚ, 1 ਮਹੀਨੇ 'ਚ, 3 ਮਹੀਨੇ 'ਚ, ਤਾਂ ਕਿ ਲੋਕਾਂ ਨੂੰ ਇਹ ਆਸ ਹੁੰਦੀ ਵੀ ਹਾਂਜੀ 30 December ਦੇ ਪਹਿਲਾਂ ਸਾਡੀ ਸਿੱਟ ਦੀ ਰਿਪੋਰਟ ਆਉਣੀ ਹੈ। ਕੀ ਪਤਾ 6 ਮਹੀਨੇ ਲੈਂਦੀ, 2 ਮਹੀਨੇ ਲੈਂਦੀ, ਜਾਂ ਹਾਲੇ ਇਨਕੁਆਇਰੀ ਨੂੰ ਕਹਿ ਸਕਦੇ ਵੀ ਹਾਲੇ ਹੋਰ ਇਨਕੁਆਇਰੀ ਦੀ ਲੋੜ ਹੈ, ਜਿੱਦਾਂ ਜਸਟਿਸ ਆਪਣੇ ਰਣਜੀਤ ਸਿੰਘ ਕਮਿਸ਼ਨ ਨੇ ਕਹਿਤਾ ਸੀ। ਇਸ ਕਰਕੇ ਲੋਕਾਂ ਨੂੰ ਇੱਕ ਛੋਟਾ ਜਿਹਾ ਇੱਕ ਦਿਮਾਗ ਦੇ ਵਿੱਚ ਇਹ ਕੁਐਸਚਨ ਜ਼ਰੂਰ ਆ ਵੀ ਕੀ ਸਿੱਟ ਕਿੰਨਾ ਟਾਈਮ ਲਏਗੀ, ਕਿਉਂਕਿ ਹਜੇ ਕੈਪਟਨ ਸਾਹਿਬ ਨੇ ਵੀ ਇਹਨੂੰ ਕਲੀਅਰ ਨਹੀਂ ਕੀਤਾ ਵੀ ਸਾਡੀ ਸਿੱਟ ਇੰਨੇ ਟਾਈਮ 'ਚ ਸਾਨੂੰ ਪੂਰੀ ਪੁਖਤਾ ਕਾਰਵਾਈ ਕਰਕੇ ਦੇਵੇਗੀ। ਇਹ ਬਹੁਤ ਵੱਡਾ ਸਵਾਲ ਹੈ, ਇਸ ਕਰਕੇ ਇੱਥੇ ਸਿਆਸਤ ਹੋ ਰਹੀ ਆ। ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਐਡ ਕਰਨਾ ਚਾਹੁੰਦਾ, ਸਿੱਟ ਦੀ ਭਾਈ ਸਾਹਿਬ ਕਹਿੰਦੇ ਕੋਈ ਜ਼ਰੂਰਤ ਨਹੀਂ ਸੀ। ਇੱਕ 5-4 ਦਿਨ ਪਹਿਲਾਂ ਇੱਕ ਵਾਕਿਆ ਹੋਇਆ ਹਰਿਆਣੇ ਦੇ ਵਿੱਚ, ਜੱਜ ਸਾਹਿਬ ਦੀ ਮਿਸਿਜ ਨੂੰ ਅਤੇ ਉਹਦੇ ਬੇਟੇ ਨੂੰ ਗੋਲੀਆਂ ਮਾਰੀਆਂ ਵੀ ਉਹਦੇ ਗਨਮੈਨ ਨੇ ਜੀ, ਅਤੇ ਉਹ ਸਾਰਾ ਦੇਖ ਰਿਹਾ, ਉਹ ਚੱਕ ਰਿਹਾ, ਕਿਵੇਂ ਕਰ ਰਿਹਾ, ਦੂਜਾ ਤੀਜਾ ਕਰ ਰਿਹਾ। ਅਤੇ ਉਸ ਵਾਸਤੇ ਇੱਕ ਜੱਜ ਦੇ ਪਰਿਵਾਰ ਵਾਸਤੇ ਵੀ ਉਸ ਸਰਕਾਰ ਨੂੰ ਸਿੱਟ ਬਣਾਉਣੀ ਪਈ ਹੈ ਜੀ, ਕਿਉਂਕਿ ਤਾਂ ਕਿ ਗਹਿਰਾਈ ਤੱਕ ਜਾਇਆ ਜਾ ਸਕੇ ਵੀ ਐਕਚੁਅਲੀ ਇਹ ਮਨਸ਼ਾ ਕੀ ਸੀ, ਕਿੱਥੋਂ ਸ਼ੁਰੂ ਹੋਈ, ਕਿਹਨੇ ਕੀਤੀ ਨਾ ਕੀਤੀ, ਤਾਂ ਕਿ ਕੱਲ੍ਹ ਨੂੰ ਕੋਰਟ ਦੇ ਵਿੱਚ ਉਹਨਾਂ ਨੂੰ ਕੋਈ ਐਸਾ ਬੈਨੀਫਿਟ ਨਾ ਮਿਲੇ ਜਿਹਦੇ ਨਾਲ ਉਹ ਛੁੱਟ ਜਾਣ। ਸਿੱਟ ਬਣਾਉਣ ਦਾ ਮਤਲਬ ਕਾਨੂੰਨੀ ਪੱਖ ਤੋਂ ਲੈ ਕੇ ਹੁੰਦਾ, ਉਹ ਬਣਾਈ ਗਈ ਹੈ। ਦੂਜੀ ਗੱਲ ਜਿੱਥੋਂ ਤੱਕ ਹੈ ਨਾ ਟਾਈਮ ਬਾਉਂਡ, ਕੋਈ ਮਰਡਰ ਹੋ ਜਾਂਦਾ, ਉਹਦੇ ਮਰਡਰ ਦੇ ਵਿੱਚ ਮੈਕਸੀਮਮ 4 ਜਾਂ 5 ਗਵਾਹ ਹੁੰਦੇ ਨੇ ਜੀ, ਅਤੇ ਉਹਨਾਂ ਨੂੰ 90 ਦਿਨ ਦਾ ਘੱਟੋ ਘੱਟ ਟਾਈਮ ਮਿਲਦਾ ਹੈ, ਅਤੇ ਇਹਦੇ ਵਿੱਚ ਤਾਂ ਸੈਂਕੜਿਆਂ ਦੇ ਗਵਾਹ ਨੇ, ਅਤੇ ਹਰ ਗਵਾਹ ਦੇ ਵਿੱਚੋਂ ਇਕੱਲੇ ਇਕੱਲੇ ਗਵਾਹ ਦੀਆਂ ਪਹਿਲਾਂ ਤਾਂ ਉਹਨਾਂ ਦੇ ਲੈ ਜਾਣੇ, ਬਿਆਨ ਲੈ ਜਾਣਾ, ਫਿਰ ਉਹਨਾਂ ਨੂੰ ਘੋਖਿਆ ਜਾਣਾ ਵੀ ਇਹਦੇ ਵਿੱਚ ਕਿਹਨੇ ਕੀ ਝੂਠ ਬੋਲਿਆ, ਕਿਹਨੇ ਸੱਚ ਬੋਲਿਆ। ਇਟ ਸ਼ੁੱਡ ਬੀ ਟੇਕ ਟਾਈਮ। ਦੇਖੋ ਲੋਕਾਂ 'ਚ ਇਹ ਮਨਸ਼ਾ ਜਿੰਨੀ ਦੇਰ ਤੱਕ ਲੋਕ ਪਹਿਲਾਂ ਦੀ 1.5 ਸਾਲ ਬੀਤ ਗਿਆ, 18 ਮਹੀਨੇ ਫਿਰ ਬੀਤ ਗਏ, ਤਾਂ ਕਿੰਨਾ ਟਾਈਮ ਹੋਰ ਲੈਣਗੇ ਇਹਦੇ 'ਤੇ ਨਹੀਂ। ਮੇਰੀ ਬੇਨਤੀ ਸੁਣ ਲਓ ਸਰਕਾਰਾਂ ਨੂੰ, ਆਪਾਂ ਸਹੀ ਮਾਇਨੇ 'ਚ ਉਹਨਾਂ ਲੋਕਾਂ ਨੂੰ ਇਹ ਮਨ ਦੇ ਵਿੱਚ ਧਾਰ ਕੇ ਬੈਠਿਆਂ ਵੀ ਉਹਨਾਂ ਨੂੰ ਸਜ਼ਾਵਾਂ ਮਿਲਣ, ਫਿਰ ਤਾਂ ਇਹਨੂੰ ਥੋੜ੍ਹਾ ਬਹੁਤਾ ਉਹ ਸਦਾ 1-15 ਦਿਨ ਟਾਈਮ ਲੱਗੇ, ਅਤੇ ਲੱਗਣਾ ਵੀ ਇਹ ਨੈਚੁਰਲ, ਇਹਦੂ ਘੱਟ ਟਾਈਮ ਨਹੀਂ ਲੱਗਣਾ, ਹੋ ਸਕਦਾ 10-20 ਦਿਨ ਵੱਧ ਵੀ ਲੱਗ ਸਕਦੇ। ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਜਾਂ ਮੈਂ ਮਹਿਸੂਸ ਕਰਦਾ, ਇਹ 1-1.5 ਮਹੀਨੇ ਦੀ ਖੇਡ ਹੈ ਇਸ ਉੱਤੇ ਜੀ। ਜਸਵਿੰਦਰ ਜੀ, ਜਿਹੜੀ ਮੈਂ ਤੁਹਾਨੂੰ ਗੱਲ ਕਰਾਂ, ਇਹ ਸਰਕਾਰ ਅੱਜ 27 ਮਾਰਚ ਨੂੰ ਵਿਧਾਨ ਸੋਰੀ 27 ਤਰੀਕ ਅੱਜ 50 ਦਿਨ ਤੋਂ ਉੱਤੇ ਹੋ ਚੁੱਕੇ, ਹੁਣ ਕਾਰਵਾਈ ਸ਼ੁਰੂ ਕੀਤੀ ਸਿੱਟ ਨੇ, 50 ਦਿਨ ਤੋਂ ਉੱਤੇ ਹੋ ਚੁੱਕੇ ਸਿੱਟ ਬਣੀ ਨੂੰ। ਰਣਜੀਤ ਸਿੰਘ ਦੀ ਰਿਪੋਰਟ ਪੜ੍ਹੀ ਹੈ, ਉਹਦੇ ਵਿੱਚ ਦੱਸੋ ਕਿੰਨੇ ਗਵਾਹ ਨੇ, ਅਤੇ ਇਹਦਾ ਗਵਾਹ ਹੋਰ ਐਡ ਕਰ ਰਹੇ ਨੇ, ਹੋਰ ਗਵਾਹ ਵੀ ਅਕਸਰ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਆ, ਉਹਨਾਂ ਦੇ ਬਿਆਨਾਂ ਦੇ ਉੱਤੇ ਪੂਰਾ ਸਰਕਾਰ ਨੂੰ ਵੀ ਜਿਹੜੇ ਅਫਸਰ ਬਿਠਾਏ ਆ ਉਹਨਾਂ ਨੇ ਉਸ ਨੂੰ ਪੂਰਾ ਚੈੱਕ ਕਰਨਾ, ਦੇਖਣਾ, ਉਦੋਂ ਬਾਅਦ ਹੀ ਉੱਤੇ ਕੰਕਲੂਸ਼ਨ ਹੋਣੀ ਆ। ਤਾਂ ਮੈਂ ਇੱਕ ਗੱਲ ਛੋਟੀ ਜਿਹੀ ਪੁੱਛਣਾ ਚਾਹੁੰਦੇ, ਟਾਈਮ ਤਾਂ ਚਲੋ ਟਪਾਈ ਰਹੀ ਹੈ ਅਤੇ ਸਾਰੀ ਦੁਨੀਆਂ ਨੂੰ ਨਜ਼ਰ ਆ ਰਿਹਾ, ਹੁਣ ਇਹਨਾਂ ਨੇ ਕਿਹਾ ਸੈਂਕੜੇ ਗਵਾਹ ਨੇ, ਸੈਂਕੜੇ ਗਵਾਹਾਂ ਨੂੰ ਤਾਂ ਸਰ ਇਹਦਾ ਸਦੀਆਂ ਹੀ ਲੱਗ ਜਾਣਗੀਆਂ। ਜਸਟਿਸ, ਤੁਸੀਂ ਬਸ ਕਾਂਗਰਸ ਦੇ ਬਿਹਾਫ ਤੇ ਇਹ ਦੱਸੋ, ਮੈਂ ਸਿੱਧਾ, ਮੈਂ ਇਹ ਨਹੀਂ ਕਹਿੰਦਾ ਸਿਆਸਤ, 19 ਦੀ ਇਲੈਕਸ਼ਨਾਂ ਤੋਂ ਪਹਿਲਾਂ ਦੋਸ਼ੀਆਂ ਨੂੰ ਫੜ ਲਓਗੇ, ਜਿਹੜੇ ਜਸਟਿਸ ਇੱਥੇ ਆ, ਜਿਹੜੇ ਆ, ਜਿਹੜੇ ਦੋਸ਼ੀ ਨੇ ਬਰਗਾੜੀ ਤੇ ਬੈਬਲ, ਉਸ ਤੋਂ ਪਹਿਲਾਂ ਫੜ ਲਓਗੇ, ਜਨਤਾ ਨੂੰ ਕਲੀਅਰ ਕਰ ਦੋ ਕਿ ਕਾਂਗਰਸ ਸਰਕਾਰ ਫੜ ਲੂਗੀ। ਮੈਂ ਇੱਕ ਗੱਲ ਬੜਾ ਕਲੀਅਰ ਕਹਿ ਰਿਹਾ, ਫਿਰ ਲੋਕਾਂ ਨੂੰ ਪਤਾ ਲੱਗ ਜੂਗਾ ਸਿਆਸਤ ਅਸੀਂ ਨਹੀਂ ਕਰ ਰਹੇ। ਛੋਟੇ ਵੀਰ, ਮੈਂ ਇੱਕ ਤੁਹਾਨੂੰ ਬੜੇ ਸਮਝਾ ਦਿਆਂ,
ਇਹੋ ਜਿਹੇ ਸੀਰੀਅਸ ਮੈਟਰ ਨੂੰ ਬਾਉਂਡ ਟਾਈਮ ਬਾਉਂਡ ਕਰਨਾ ਬੜਾ ਔਖਾ ਹੁੰਦਾ ਹੈ। ਮੈਂ ਬੜਾ ਕਲੀਅਰ ਹਾਂ, ਮੈਂ ਸਪੱਸ਼ਟ ਬੋਲਦਾ, ਕੱਲ੍ਹ ਨੂੰ ਮੈਂ ਕਿਸੇ ਹੋਰ ਚੈਨਲ 'ਤੇ ਬੋਲਣਾ, ਮੈਨੂੰ ਇੱਥੇ ਸਵਾਲ ਜਵਾਬ ਦੇਣੇ ਪੈਣੇ ਨੇ। ਜਿੱਥੋਂ ਤੱਕ ਤੁਹਾਡੀ ਸਲਾਹ ਵੀ ਤੁਸੀਂ 19 ਤੋਂ ਪਹਿਲਾਂ ਕਰਾ ਲਓ ਕਰ ਲਉਂਗੇ, ਅਤੇ ਇਹ ਤਾਂ ਹੁਣ ਜਿਹੜੇ ਉਹ ਅਫਸਰਾਂ 'ਤੇ ਡਿਪੈਂਡ ਕਰਦਾ ਵੀ ਉਹਨਾਂ ਨੂੰ ਕਿੰਨੇ ਟਾਈਮ ਦੀ ਲੋੜ ਹੈ। ਅਫਸਰ ਤੁਹਾਡੇ ਨੇ, ਨਹੀਂ ਅਫਸਰ ਸਰਕਾਰਾਂ ਦੇ ਹੁੰਦੇ ਨੇ, ਅਤੇ ਉਹ ਪਹਿਲੀ ਸਰਕਾਰ ਦੇ ਵੀ ਸੀ, ਉਹਨਾਂ ਨੇ ਕੁਛ ਵੀ ਨਹੀਂ ਕਰਿਆ। ਮੇਰਾ ਇਹ ਵਾਅਦਾ ਹੈ, ਉਹ ਬੰਦੇ ਸਲਾਖਾਂ ਦੇ ਪਿੱਛੇ ਵੀ ਜਾਣਗੇ ਤੇ ਹੋ ਸਕਦਾ ਜ਼ਿੰਦਗੀ ਭਰ ਉਹ ਉੱਥੋਂ ਨਿਕਲ ਵੀ ਨਾ ਸਕਣ। ਜਿਵੇਂ ਤੁਸੀਂ ਤੇਜ਼ੀ ਕਰਦੇ ਹੋ, ਇਸ ਤੇਜ਼ੀ ਸਰ ਗੱਲ ਤੇਜ਼ੀ ਮੈਂ ਮਾਫ ਕਰਨਾ, ਮੈਂ ਇੱਕ ਗਰਮ ਖੂਨ ਹੈ, ਤੁਹਾਡਾ ਗਰਮ ਖੂਨ ਹੈ ਸਰ, ਗਰਮ ਖੂਨ ਵਿੱਚ ਜਦੋਂ ਮੇਰਾ ਸੀ, ਮੈਂ ਵੀ ਇਹੀ ਗੱਲਾਂ ਕਰਦਾ ਸੀ। ਮੈਂ ਕਹਿੰਦਾ ਜਦੋਂ ਪਰ ਜੇ ਆਪਾਂ ਉਹਨਾਂ ਨੂੰ ਸਹੀ ਮੈਨੇ ਚ ਦਵਾਉਣੀ ਚਾਹੁੰਦੇ ਆ ਤਾਂ ਸਾਨੂੰ ਥੋੜਾ ਮੈਨੂੰ ਦੇਣਾ ਪਊਗਾ, ਨਾ ਕਿ ਆਪਾਂ ਪਤਾ ਕਿਹੜੀ ਗੱਲ ਦਾ ਲੱਗਦਾ ਜਲਦੀ ਕਰਕੇ ਉਹਨਾਂ ਨੂੰ ਪਹੁੰਚਾ ਦਈਏ। ਮੈਂ ਦੁੱਖ ਇਸ ਗੱਲ ਦਾ ਲੱਗਦਾ, ਸੰਗਰੂਰ 'ਚ ਜਿਹੜੇ ਲੋਕਾਂ ਨੇ ਪ੍ਰੋਟੈਸਟ ਕੀਤਾ ਉਹ ਉਦੋਂ ਤਾਂ ਉਸੇ ਵੇਲੇ ਪਰਚਾ, ਤੇ ਜਦੋਂ ਇਹੋ ਜਿਹਾ ਕੇਸ ਆਉਂਦਾ ਜਿੱਥੇ ਸਰਕਾਰਾਂ ਆਪ ਘਿਰਦੀਆਂ, ਉਦੋਂ ਕਹਿੰਦੇ ਆ ਇਨਕੁਆਇਰੀ ਦੀ ਲੋੜ ਹੈ, ਆਪਾਂ ਇੱਦਾਂ ਐਕਸ਼ਨ ਨਹੀਂ ਲੈ ਸਕਦੇ, ਤੇ ਉਦੋਂ ਕਿਉਂ ਨਹੀਂ ਇਨਕੁਆਇਰੀਆਂ ਬਣਦੀਆਂ? ਉਹਨਾਂ ਦਾ ਕਸੂਰ ਕੀ ਸਰ? ਚਲੋ ਪ੍ਰੋਟੈਸਟ ਕੀਤਾ, ਹੁਣ ਇੱਦਾਂ ਤਾਂ ਜਰਨੈਲ ਸਿੰਘ ਨੇ ਵੀ ਜੁੱਤੀ ਮਾਰੀ ਸੀ, ਉਹਨਾਂ ਨੂੰ ਕੀ ਪਰਚਾ ਦੇਣਾ? ਸਰ ਮੇਰਾ ਅਗਲਾ ਸਵਾਲ ਹੈ, ਨਿਮਿਸ਼ਾ ਮਹਿਤਾ ਇੱਕ ਕਾਂਗਰਸ ਦੇ ਲੀਡਰ ਨੇ, ਉਹਨਾਂ ਨੇ ਚਿੱਠੀ ਲਿਖੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਜਿਹੜੇ ਸਿੱਖ ਨੌਜਵਾਨ ਉੱਥੇ ਸ਼ਹੀਦ ਹੋਏ ਨੇ, ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ, ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਲਾਈਆਂ ਜਾਣ, ਇਸ ਮੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ, ਤੁਸੀਂ ਵੀ ਕਾਂਗਰਸ ਦੇ ਲੀਡਰ? ਦੇਖੋ, ਜਿੱਥੋਂ ਤੱਕ ਸਵਾਲ ਉੱਥੇ ਫੋਟੋਆਂ ਲਾਉਣ ਦਾ ਹੈ, ਜਿਹੜਾ ਪਿਛਲਾ ਇਤਿਹਾਸ ਹੈ ਉਹ ਉਹਨਾਂ ਸਿੰਘਾਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਸੀ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਜੀ, ਅਤੇ ਉਹ ਸਾਡਾ ਇੱਕ ਇਤਿਹਾਸ ਦਾ ਹਿੱਸਾ ਬਣਦੀਆਂ ਸੀ ਜੀ, ਅਤੇ ਇਹ ਸਿੱਖ ਵੀ ਜਿਹੜੇ ਦੋਨੇ ਨੇ ਇਹਨਾਂ ਨੇ ਕੋਈ ਇਹਨਾਂ ਦਾ ਜਾਤੀ ਮਨਸ਼ਾ ਕੋਈ ਨਹੀਂ ਸੀ ਜੀ, ਕੋਈ ਇਹਨਾਂ ਦਾ ਪਰਸਨਲ ਇੰਟਰਸਟ ਕੋਈ ਨਹੀਂ ਸੀ, ਅਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰਦਿਆਂ ਨੇ, ਭਾਵੇਂ ਸ਼ਾਂਤਮਈ ਪ੍ਰੋਟੈਸਟ ਕਰਦੇ ਸੀਗੇ, ਕੁਛ ਵੀ ਸੀ ਸਰਕਾਰ ਜਿਹੜੀ ਉਸ ਸਮੇਂ ਦੀ ਸਰਕਾਰ ਨੇ ਗੋਲੀਆਂ ਚਲਾਈਆਂ ਪਾਠ ਕਰਦਿਆਂ 'ਤੇ, ਪ੍ਰਸ਼ਾਦੇ ਸ਼ਰਦਿਆਂ 'ਤੇ ਚਲਾਈਆਂ, ਅੰਨੇਵਾਹ ਚਲਾਈਆਂ, ਉਹਦੇ ਵਿੱਚ ਸ਼ਹੀਦ ਹੋਏ ਆ, ਅਤੇ ਇਹਨਾਂ ਦੀ ਕੁਰਬਾਨੀ ਵੀ ਕੋਈ ਛੋਟੀ ਨਹੀਂ, ਬਹੁਤ ਵੱਡੀ ਕੁਰਬਾਨੀ ਹੈ, ਇਹਦੇ ਲਈ ਇਕੱਲੀ ਨਿਸ਼ਾ ਮਹਿਤਾ ਜੀ ਨਹੀਂ ਹੈਗੇ, ਇਹਨੂੰ ਸਮੁੱਚਾ ਸਿੱਖ ਜਗਤ, ਸਮੁੱਚੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੈ, ਤਾਂ ਕਿ ਉਹਨਾਂ ਦੀਆਂ ਉੱਥੇ ਫੋਟੋਆਂ ਲੱਗਣ, ਆਉਣ ਵਾਲੀਆਂ ਸਾਡੀਆਂ ਜਿਹੜੀਆਂ ਨਸਲਾਂ ਨੇ, ਆਉਣ ਵਾਲੇ ਸਾਡੇ ਜਿਹੜੇ ਬੱਚੇ ਨੇ, ਉਹਨਾਂ ਨੂੰ ਇਹ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਇਹਨਾਂ ਲੋਕਾਂ ਨੇ ਆਪਣੇ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਉਹਨਾਂ ਨੇ ਉੱਥੇ ਜਿਹੜੀ ਹੈ ਕੁਰਬਾਨੀ ਦਿੱਤੀ ਜੀ। ਤੁਹਾਡੀ ਟਿੱਪਣੀ, ਤੁਸੀਂ ਤੁਸੀਂ ਇਸ ਮੰਗ ਨੂੰ ਕਿਵੇਂ? ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਠੀਕ ਹੈ ਸਰ, ਭਾਵਨਾ ਹੈਗੀ ਆ, ਪਰ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਿਆ, ਦੋਨੋਂ ਦੇ ਪਰਿਵਾਰ ਨੂੰ ਮਿਲਿਆ, ਉਹ ਤਸਵੀਰ ਤੋਂ ਪਹਿਲਾਂ ਉਹ ਇਨਸਾਫ ਦੀ ਮੰਗ ਕਰ ਰਹੇ ਆ। ਚਲੋ ਮੈਂ ਇਹ ਉਹ ਇਹ ਮੈਂ ਇਹ ਨਹੀਂ ਕਹਿੰਦਾ ਕਿ ਫੋਟੋ ਲਗਾਓ, ਪਰ ਫੋਟੋ ਤੋਂ ਪਹਿਲਾਂ ਸਰ ਇਨਸਾਫ ਦਿਓ, ਇਨਸਾਫ ਪਹਿਲੇ ਆ, ਫੋਟੋਆਂ ਸਭ ਬਾਅਦ ਚ, ਉਹਨਾਂ ਦਾ ਪਰਿਵਾਰ ਹਲੇ ਵੀ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਚਲੋ ਕਲੀਅਰ ਕਰ ਦੇਣੀ ਚਾਹੁੰਦਾ, ਸ਼ਾਇਦ ਤੁਸੀਂ ਅੱਜ ਟੀ ਵੀ ਦੇਖਿਆ ਤਾਂ ਸਵੇਰੇ ਉਹ ਜਿਹੜਾ ਆਪਣਾ ਬਗਰਾੜੀ ਦੇ ਨਾਲ ਪਿੰਡ ਪੈਂਦਾ, ਉਸ ਦੇ ਜਿਹੜਾ ਨੌਜਵਾਨ ਸ਼ਹੀਦ ਹੋਇਆ ਬਹਿਬਲ ਕਲਾਂ, ਬਹਿਬਲ ਕਲਾਂ ਦੇ ਵਿੱਚ, ਉਹਦੇ ਫਾਦਰ ਨੇ ਇੱਕ ਬੜੀ ਵਧੀਆ ਗੱਲ ਕਹੀ ਜੀ,
ਉਹਨੇ ਕਿਹਾ ਵੀ ਅਸੀਂ ਇਨਸਾਫ ਪਸੰਦ ਹਾਂ ਅਤੇ ਇਨਸਾਫ ਚਾਹੁੰਦੇ ਹਾਂ, ਪਰ ਸਾਨੂੰ ਹੁਣ ਤੋਂ ਕੁਛ ਸਮਾਂ ਪਹਿਲਾਂ ਤੱਕ ਇਹ ਲੱਗਦਾ ਸੀ ਸ਼ਾਇਦ ਸਾਨੂੰ ਇਨਸਾਫ ਮਿਲਣਾ ਅਸੰਭਵ ਹੈ, ਪਰ ਸਾਨੂੰ ਜਿਹੜੋ ਹੁਣ ਇਸ ਵੇਲੇ ਹਾਲਾਤ ਬਣੇ ਨੇ, ਜਿਸ ਵੇਲੇ ਜਿਸ ਤਰੀਕੇ ਦੀ ਕਾਰਵਾਈ ਚੱਲ ਰਹੀ ਹੈ, ਉਹਦੇ ਵਿੱਚੋਂ ਸਾਨੂੰ ਇਨਸਾਫ ਦੀ ਆਸ ਹੈ ਅਤੇ ਸਾਨੂੰ ਇਨਸਾਫ ਮਿਲੂਗਾ। ਇਟ ਮੀਨਸ ਸਭ ਤੋਂ ਵੱਡਾ ਭਰੋਸਾ ਤਾਂ ਉਹਨਾਂ ਪਰਿਵਾਰਾਂ ਦਾ ਹੁੰਦਾ ਹੈ, ਜੇ ਉਹਨਾਂ ਪਰਿਵਾਰਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ, ਉਹ ਸੰਤੁਸ਼ਟ ਨੇ ਵੀ ਜੋ ਸਰਕਾਰ ਇਸ ਵੇਲੇ ਜਿਹੜੀ ਮੌਜੂਦਾ ਉਹ ਗੱਲ ਕਰ ਰਹੀ ਹੈ ਜਾਂ ਸਮੇਂ ਦਾ ਪ੍ਰਸ਼ਾਸਨ ਉਹ ਕਰ ਰਿਹਾ, ਉਹ ਪ੍ਰੋਪਰ ਵੇ 'ਚ ਜਾ ਰਿਹਾ ਅਤੇ ਉਹਨਾਂ ਨੂੰ ਸਜ਼ਾ ਮਿਲੂਗੀ। ਇਹ ਅੱਜ ਉਹਨਾਂ ਦੇ ਫਾਦਰ ਸਾਹਿਬ ਦਾ ਆਪਣਾ ਬਿਆਨ ਸੀ ਜੀ। ਮਹਿਰਾ ਸਾਹਿਬ, ਜਿਹੜੀ ਮੰਗ ਹੋਈ ਹੈ, ਕੀ ਇਸ ਮੰਗ 'ਤੇ ਕੋਈ ਨਵੀਂ ਤਰ੍ਹਾਂ ਦੀ ਸਿਆਸਤ ਤਾਂ ਨਹੀਂ ਪੰਜਾਬ 'ਚ ਸ਼ੁਰੂ ਹੋਜੂਗੀ ਕਿ ਫੋਟੋਆਂ ਲੱਗਣੀਆਂ ਚਾਹੀਦੀਆਂ ਨੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੰਟਰੋਲ ਹੈ, ਜਿਹੜੀ ਮੁੱਖ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੀ, ਉਹ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਤੇ ਇਲਜ਼ਾਮ ਲੱਗੇ ਨੇ ਕਿ ਐਡੀ ਵੱਡੀ ਬੇਅਦਬੀ ਹੋਈ, ਅਤੇ ਹੁਣ ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਆਸਾਨੀ ਦੇ ਨਾਲ ਇਸ ਮੰਗ ਨੂੰ ਪ੍ਰਵਾਨ ਕਰੂਗੀ? ਸਵਾਲ ਮੈਂ ਥੋੜ੍ਹੇ ਤੋਂ ਇਹ ਪੁੱਛਣਾ ਚਾਹੁੰਦਾ। ਦੇਖੋ, ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ, ਲੇਕਿਨ ਜਿੱਦਾਂ ਜਸਵਿੰਦਰ ਜੀ ਨੇ ਦੱਸਿਆ ਵੀ ਫੋਟੋਆਂ ਉਹਨਾਂ ਦੀਆਂ ਲਗਾਈਆਂ ਜਾਂਦੀਆਂ ਜਿਨ੍ਹਾਂ ਦੀ ਆ ਇਤਿਹਾਸਕ ਪਿਛੋਕੜ ਹੋਵੇ, ਔਰ ਇਹ ਮੈਂ ਸਮਝਦਾ ਵੀ ਜੇ ਇਹ ਜਿਹੜਾ ਕਾਂਡ ਹੋਇਆ ਇਹ ਵੀ ਆਪਣੇ ਆਪ 'ਚ ਪੰਜਾਬ ਦਾ ਇੱਕ ਬਹੁਤ ਵੱਡਾ ਇਤਿਹਾਸ ਬਣ ਗਿਆ, ਦੁਖਦਾਈ ਇਤਿਹਾਸ ਬਣ ਗਿਆ, ਇਸ ਕਰਕੇ ਇਹਦਾ ਨਾਂ ਵੀ ਜਿਹੜਾ ਹੈ ਨਾ ਪੰਜਾਬ 'ਚ ਆਉਣ ਵਾਲੀ ਸਦੀਆਂ ਤੱਕ ਇਹ ਘਟਨਾ ਦਾ ਲਿਖਿਆ ਗਿਆ, ਔਰ ਲਿਖੇ ਜਾਣ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋ ਗਏ ਉਹਨਾਂ ਦਾ ਨਾਂ ਤਾਂ ਆਟੋਮੈਟਿਕਲੀ ਲਿਖਿਆ ਗਿਆ ਵੀ ਉਸ ਘਟਨਾ 'ਚ ਕੌਣ ਸ਼ਹੀਦ ਹੋਏ, ਇਸ ਕਰਕੇ ਉਹਨਾਂ ਨੂੰ ਸ਼ਹੀਦਾਂ 'ਚ ਗਿਣਿਆ ਗਿਆ ਇਸ ਲਈ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉੱਤੇ ਬੈਠੇ ਸੀਗੇ, ਨਾ ਕਿ ਕਿਸੇ ਆਪਣੀ ਮਨਸ਼ਾ 'ਚ ਬੈਠੇ ਸੀ। ਇਸ ਕਰਕੇ ਮੈਂ ਸਮਝਦਾ ਵੀ ਇਹ ਇਤਿਹਾਸਿਕ ਘਟਨਾ ਹੋ ਗਈ, ਇਤਿਹਾਸਿਕ ਅਗਰ ਕੋਈ ਵੀ ਇਤਿਹਾਸਿਕ ਬੰਦਾ ਜਿਹਦੀ ਸ਼ਹੀਦੀ ਹੋਈ ਹੈ ਜਾਂ ਜਿਹੜਾ ਅਮਰ ਹੋਇਆ ਜਾਂ ਵਤਨ ਲਈ ਜਿਹਨੇ ਕੁਰਬਾਨ ਕੀਤੀ ਆਪਣੀ ਜ਼ਿੰਦਗੀ, ਅਤੇ ਉਹਦਾ ਫੋਟੋ ਲੱਗਣੀ ਕੋਈ ਮਾੜੀ ਗੱਲ ਨਹੀਂ, ਉਹਦੀ ਲੱਗਣੀ ਚਾਹੀਦੀ, ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਿਹੜੀ ਘਟਨਾ ਸੀ ਇਹਦੇ ਪਿੱਛੇ ਕੀ ਰਾਜ ਸੀਗਾ। ਇਹ 'ਚ ਮੈਨੂੰ ਕੋਈ ਇਤਰਾਜ਼ ਨਹੀਂ ਨਜ਼ਰ ਆਉਂਦਾ, ਲੇਕਿਨ ਦੂਸਰੀ ਗੱਲ ਜਿਹੜੀ ਹੈ, ਪਹਿਲਾਂ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ, ਫੋਟੋਆਂ 'ਚ ਉਹਨਾਂ ਨੂੰ ਕੋਈ ਇੰਨੀ ਦਿਲਚਸਪੀ ਨਹੀਂ ਹੋਏਗੀ, ਕਿਉਂਕਿ ਇਹ ਜਿਹੜੇ ਨੇਤਾ ਨੇ ਜਿਨ੍ਹਾਂ ਨੇ ਮੰਗ ਕੀਤੀ ਅੱਛੀ ਕੀਤੀ ਹੈ, ਲੇਕਿਨ ਆਪਣੀ ਸਿਆਸਤ ਵੀ ਲੋਕ ਇਹਦੇ ਵਿੱਚ ਕਰਨਾ ਚਾਹੁੰਦੇ ਨੇ। ਚਲੋ, ਜਸਵਿੰਦਰ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੰਗ ਨੂੰ ਮੰਨ ਲਓ ਕਿ ਅਸੀਂ ਤਸਵੀਰਾਂ ਉੱਥੇ ਸਜਾਵਾਂਗੇ। ਦੇਖੋ, ਮੈਂ ਬੜਾ ਕਲੀਅਰ ਹਾਂ, ਇਸ ਵੇਲੇ ਸਮੇਂ ਦੀ ਮੰਗ ਜਿਹੜੀ ਉਹ ਇਹ ਹੈ ਜੀ, ਉਹ ਕੋਈ ਇਸ ਚੀਜ਼ ਵਾਸਤੇ ਨਹੀਂ ਹੈ, ਉਹ ਸਿਰਫ ਇਹ ਹੈ ਵੀ ਤਾਂ ਕਿ ਉਹ ਪਰਿਵਾਰਾਂ ਨੂੰ ਥੋੜ੍ਹਾ ਜਿਹਾ ਢਾਰਸ ਮਿਲੇ ਵੀ ਸਾਡੇ ਸ਼ਹੀਦਾਂ ਦੇ ਪਰਿਵਾਰ ਦੇ ਵਿੱਚ ਆ ਗਏ ਨੇ ਜੀ। ਜਿੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਹੈ, ਇਹ ਜਿਹੜੀਆਂ ਫੋਟੋਆਂ ਨੇ ਇਹ ਇੰਨੀ ਛੇਤੀ ਨਹੀਂ ਲੱਗਦੀਆਂ ਜਿੰਨੀਆਂ ਕਿ ਮੱਕੜ ਸਾਹਿਬ ਨੇ ਆ ਕੇ ਸ਼ੁਰੂ ਲਾਉਣੀਆਂ ਸ਼ੁਰੂ ਕਰਤੀਆਂ। ਪਿਛਲਾ ਇਤਿਹਾਸ ਹੈ, ਘੱਟੋ ਘੱਟ 20-25 ਸਾਲ ਤੋਂ ਬਾਅਦ ਫੋਟੋਆਂ ਲੱਗਦੀਆਂ ਨੇ ਪੂਰੀ ਉਹਦੀ ਰਿਸਰਚ ਤੋਂ ਬਾਅਦ ਜੀ। ਪਰ ਮੇਰਾ ਇਹ ਵਿਸ਼ਵਾਸ ਹੈ ਵੀ ਚਾਹੇ ਸ਼੍ਰੋਮਣੀ ਕਮੇਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਵੇ ਅਤੇ ਚਾਹੇ ਕੋਈ ਹੋਰ ਹੋਵੇ, ਉਹਨਾਂ ਦੀ ਮਜਬੂਰੀ ਹੈ ਫੋਟੋ ਲਾਉਣੀ ਜੀ। ਅੱਜ ਉਹ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਕੰਸੋਲ ਕਰਨ ਵਾਸਤੇ, ਜੇ ਉਹਨਾਂ ਕੋਲ ਮਾੜਾ ਮੋਟਾ ਵੀ ਦਰਦ ਹੈ ਤਾਂ ਉਹਨਾਂ ਨੂੰ ਫੋਟੋ ਲਾਉਣ 'ਚ ਕੋਈ ਅਚਕਾਹਟ ਮਹਿਸੂਸ ਨਹੀਂ ਕਰਨੀ ਚਾਹੀਦੀ। ਪਰ ਜੇ ਇਹਨਾਂ ਨੇ ਨਾ ਲਾਈ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕਿ ਉਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬੜਾ ਵੱਡਾ ਬਦਲਾਵ ਆਉਣ ਵਾਲਾ ਹੈ, ਉਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਉਹਨਾਂ ਨੂੰ ਜੀ। ਚਲੋ, ਬਹੁਤ ਬਹੁਤ ਧੰਨਵਾਦ। ਸਾਰਿਆਂ ਨੇ ਆਪਣੀ ਆਪਣੀ ਰਾਏ ਰੱਖੀ ਹੈ, ਸਾਰਿਆਂ ਦੇ ਨਿੱਜੀ ਵਿਚਾਰ ਵੀ ਵਿੱਚ ਇਸ ਚਰਚਾ ਦੇ ਉੱਭਰ ਕੇ ਸਾਹਮਣੇ ਆਏ ਨੇ। ਆਸ ਕਰਾਂਗੇ ਕਿ SIT ਦੀ ਜਾਂਚ ਹੈ ਜਿਹੜੀ ਪ੍ਰਭਾਵੀ ਤਰੀਕੇ ਦੇ ਨਾਲ ਅੱਗੇ ਵਧੇ ਔਰ ਮਾਮਲਾ ਨਿਬੜੇ ਔਰ SIT ਕਾਮਯਾਬ ਹੋਵੇ ਔਰ ਲੋਕ ਨਿਰਪੱਖਤਾ ਦੇ ਨਾਲ ਆਪਣੀ ਗੱਲ ਰੱਖਣ। ਜਿਹੜੇ ਵੀ ਲੋਕ ਸੀ ਇਸ ਮਾਮਲੇ ਦੀ ਕੋਈ ਜਾਣਕਾਰੀ ਰੱਖਦੇ ਨੇ, ਉਹ ਹੁਣ ਵੀ ਪੁਲਿਸ ਕੋਲ ਜਾ ਸਕਦੇ ਨੇ। SIT ਚੰਡੀਗੜ੍ਹ, ਫਰੀਦਕੋਟ ਔਰ ਅੰਮ੍ਰਿਤਸਰ ਤਿੰਨੇ ਜਗ੍ਹਾ ਦੇ ਉੱਤੇ
ਐਸ ਆਈ ਟੀ ਨੇ ਆਪਣੇ ਦਫ਼ਤਰ ਨੇ ਜਿਹੜੇ ਉਹ ਵੀ ਬਣਾਏ ਨੇ ਔਰ ਜਿਹੜੇ ਲੋਕ ਨੇ ਉਹ ਇਹਨਾਂ ਅਫਸਰਾਂ ਨੂੰ ਵੀ ਮਿਲ ਸਕਦੇ ਨੇ। ਐਸ ਆਈ ਟੀ ਦੇ ਵਿੱਚ ਬੜੇ 5 ਸੀਨੀਅਰ ਅਫਸਰ ਪੰਜਾਬ ਦੇ ਜਿਹੜੇ ਨੇ ਉਹ ਪੰਜਾਬ ਦੀ ਸਰਕਾਰ ਨੇ ਨਿਯੁਕਤ ਕੀਤੇ ਨੇ। ਸੋ ਅਗਲੇ ਦਿਨਾਂ ਦੇ ਵਿੱਚ ਵੀ ਐਸ ਆਈ ਟੀ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਨਜ਼ਰ ਰੱਖਾਂਗੇ ਔਰ ਪੰਜਾਬ 'ਚ ਇਸ ਮਸਲੇ 'ਤੇ ਜਿਹੜਾ ਸਿਆਸੀ ਪ੍ਰਭਾਵ ਪੈ ਰਿਹਾ ਉਸ ਉੱਪਰ ਵੀ ਨਜ਼ਰ ਰੱਖਾਂਗੇ। ਅੱਜ ਦੇ ਲਈ ਬਸ ਇੰਨਾ ਹੀ। ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਪ੍ਰੋਫੈਸਰ ਕੋਮਲ ਜੀ ਬਹੁਤ ਬਹੁਤ ਧੰਨਵਾਦ ਔਰ ਮੇਰਾ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।